ਜਿਉਂ ਜਲ ਮਹਿ ਜਲਾਇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਕਰਕੇ ਖਾਲਸੇ ਦੀ ਮਹਾਨ ਪ੍ਰਗਟ ਭੂਮੀ ਜਿੱਥੋਂ ਦਾ ਖਾਲਸਾ ਵਾਸੀ ਹੈ, ਉਹ ਪਾਵਨ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਸੇਵਾ ਪੰਥੀ ਸੰਪਰਦਾਇ ਦੇ ਮੋਢੀ ਮਹਾਨ ਬ੍ਰਹਮ ਗਿਆਨੀ ਧੰਨ ਧੰਨ ਭਾਈ ਘਨੱਈਆ ਸਾਹਿਬ ਜੀ, ਜਿਨ੍ਹਾਂ ਦੀ 300 ਸਾਲਾ ਸੱਚਖੰਡ ਪਿਆਨੇ ਦੀ ਸ਼ਤਾਬਦੀ ਨੂੰ ਮਨਾਉਂਦਿਆਂ ਹੋਇਆਂ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ, ਸਮੁੱਚੀ ਸੇਵਾ ਪੰਥੀ ਸੰਪਰਦਾਏ ਔਰ ਸਮੁੱਚੀਆਂ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਔਰ ਸਮੁੱਚੀ ਗੁਰੂ ਕੀ ਸੰਗਤ, ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਸਾਰੇ ਹਾਜ਼ਰੀਆਂ ਵੀ ਭਰ ਰਹੇ ਹੋ, ਇਹਨਾਂ ਸ਼ਤਾਬਦੀ ਦੇ ਅੰਦਰ ਆਪ ਜੀ ਆਪਣਾ ਹਰ ਤਰ੍ਹਾਂ ਦਾ ਯੋਗਦਾਨ ਵੀ ਪਾ ਰਹੇ ਹੋ। ਸਤਿਗੁਰੂ ਜੀ ਦੀ ਗੁਰਬਾਣੀ ਦਾ ਫਰਮਾਨ ਹੈ, ਤੈਸਾ ਹਰਖ ਤੈਸਾ ਉਹ ਸੋਗ, ਸਦਾ ਆਨੰਦ ਤਹਿ ਨਹੀਂ ਬਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਐਸੀ ਅਵਸਥਾ ਬਾਬਤ ਵੀ, ਜਿੱਥੇ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੀਵਨ ਮੁਕਤ ਮਹਾਂਪੁਰਖ ਦੀ ਅਵਸਥਾ ਕਥਨ ਕੀਤੀ ਹੈ, ਉੱਥੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਸਤਿਗੁਰਾਂ ਦੇ ਅਨੰਨ ਪਿਆਰੇ ਗੁਰਸਿੱਖ ਸਨ ਭਾਈ ਘਨੱਈਆ ਸਾਹਿਬ ਜੀ, ਉਹ ਸਤਿਗੁਰੂ ਵੀ ਫਰਮਾਨ ਕਰਦੇ ਆ, ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸੁਨੇਹੋ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨਾ। ਸਤ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚੋਂ ਵਰੋਸ ਆ ਕੇ ਭਾਈ ਘਨੱਈਆ ਸਾਹਿਬ ਜੀ ਜਦੋਂ ਜ਼ਿਲ੍ਹਾ ਕੈਮਲਪੁਰ ਨਗਰ ਕਾਹਵਾ ਦੀ ਧਰਤੀ ਦੇ ਉੱਤੇ ਆਪ ਜੀ ਨੇ ਪਹਿਲੀ ਗੁਰਸਿੱਖੀ ਦੀ ਧਰਮਸਾਲ ਸਥਾਪਨ ਕੀਤੀ ਔਰ ਉੱਥੇ ਭਾਈ ਸਾਹਿਬ ਜੀ ਨੇ ਆਏ ਗਏ ਰਾਹੀ ਪਾਂਧੀਆਂ ਵਾਸਤੇ ਲਗਭਗ ਜੋ ਸੇਵਾ ਪੰਥੀ ਸਾਹਿਤ ਦੇ ਅੰਦਰ ਜ਼ਿਕਰ ਆਉਂਦਾ ਹੈ,
200 ਮੰਜਾ ਬਿਸਤਰਾ ਆਏ ਗਏ ਰਾਹੀ ਪਾਂਧੀ ਦੇ ਆਰਾਮ ਲਈ, 200 ਘੜਾ ਜਲ ਦਾ ਹਮੇਸ਼ਾ ਹਾਜ਼ਰ ਰੱਖਣਾ, ਔਰ ਉਹਨਾਂ ਦੇ ਪਾਸ ਹਰ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਗੁਰਸਿੱਖ ਸੰਗਤਾਂ ਵੀ, ਉਹਨਾਂ ਪਾਸ ਮੁਸਲਮਾਨ ਵੀ, ਉਹਨਾਂ ਪਾਸ ਹਿੰਦੂ ਧਰਮ ਨੂੰ ਮੰਨਣ ਵਾਲੇ ਅਨੁਆਈ ਵੀ, ਜੋ ਵੀ ਉਹਨਾਂ ਦੇ ਦਰ 'ਤੇ ਚੱਲ ਕੇ ਆ ਗਿਆ, ਉਹਨਾਂ ਨੂੰ ਗੁਰੂ ਕਾ ਰੂਪ ਜਾਣ ਕੇ ਹਰ ਇੱਕ ਦੀ ਸੇਵਾ ਕਰਦੇ ਸਨ। ਨੂਰ ਖਾਂ ਨਾਮ ਦਾ ਇੱਕ ਬੜਾ ਅਮੀਰ ਪਠਾਨ ਉਹਨਾਂ ਦੇ ਦਰਸ਼ਨ ਕਰਨ ਆਇਆ। ਭਾਈ ਸਾਹਿਬ ਦੀ ਕਰਨੀ ਤੋਂ ਪ੍ਰਭਾਵਿਤ ਹੋ ਕਰਕੇ ਉਸ ਨੇ ਭਾਈ ਘਨੱਈਆ ਸਾਹਿਬ ਜੀ ਨੂੰ ਪਾਰਸ ਭੇਟ ਕੀਤਾ। ਭਾਈ ਸਾਹਿਬ ਪੁੱਛਣ ਲੱਗੇ, ਇਹ ਕੀ ਵਸਤੂ ਹੈ? ਤਾਂ ਨੂਰ ਖਾਂ ਪਠਾਨ ਕਹਿਣ ਲੱਗਾ, ਜੀ ਇਹ ਪਾਰਸ ਹੈ, ਜਿਹੜੀ ਵੀ ਧਾਤ ਨੂੰ ਲਾ ਦਈਏ ਉਸ ਨੂੰ ਸੋਨਾ ਬਣਾ ਦਿੰਦਾ। ਭਾਈ ਸਾਹਿਬ ਨੂੰ ਦੁਬਾਰਾ ਫਿਰ ਉਹ ਪ੍ਰੇਮੀ ਕਹਿਣ ਲੱਗਾ, ਸੇਵਕ ਕਹਿਣ ਲੱਗਾ, ਭਾਈ ਸਾਹਿਬ ਤੁਹਾਡੇ ਕੋਲ ਬੜੀ ਸੰਗਤ ਆਉਂਦੀ ਹੈ, ਲੰਗਰ ਦਾ ਪ੍ਰਵਾਹ 8 ਪੈਰ ਚੱਲਦਾ ਔਰ ਬੜਾ ਵੱਡਾ ਤੁਹਾਡਾ ਖਰਚ ਹੈ, ਇਹ ਕੀਮਤੀ ਵਸਤੂ ਇਸ ਧਰਤੀ ਉੱਤੇ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ, ਇਹ ਬਾਦਸ਼ਾਹ ਦੇ ਖਜ਼ਾਨਿਆਂ ਵਿੱਚ ਵੀ ਐਸੀ ਅਮੋਲਕ ਵਸਤੂ ਨਹੀਂ ਆ ਸਕਦੀ, ਪਰ ਮੈਨੂੰ ਬੜੇ ਯਤਨਾਂ ਨਾਲ ਪ੍ਰਾਪਤ ਹੋਈ। ਮੈਂ ਮਨ ਵਿੱਚ ਖਿਆਲ ਕੀਤਾ ਕਿ ਤੁਸੀਂ ਮਹਾਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪਰਉਪਕਾਰੀ ਫਕੀਰ ਸਾਧੂ ਹੋ, ਦਰਵੇਸ਼ ਹੋ, ਕਿ ਮੈਂ ਸਭ ਤੋਂ ਕੀਮਤੀ ਵਸਤੂ ਤੁਹਾਨੂੰ ਭੇਟਾ ਕਰਾਂ। ਭਾਈ ਸਾਹਿਬ ਅੰਮ੍ਰਿਤ ਵੇਲੇ ਉੱਥੇ ਨਾਲ ਹੀ ਹਰੋ ਨਦੀ ਵਗਦੀ ਹੈ ਉਸ ਸਮੇਂ ਦੀ, ਉਸ ਦੇ ਕਿਨਾਰੇ ਬੈਠ ਕੇ ਆਪ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਨਿਤਨੇਮ ਕਰਿਆ ਕਰਦੇ ਸਨ। ਪੰਜ ਬਾਣੀਆਂ ਦਾ, ਹੋਰ ਜਿੰਨਾ ਵੀ ਮੂਲ ਮੰਤਰ ਗੁਰਮੰਤਰ ਦਾ ਅਭਿਆਸ, ਜਦੋਂ ਆਪ ਜੀ ਨੇ ਜਾ ਕੇ ਸਮਾਧੀ ਲਾਈ, ਨਿਤਨੇਮ ਦੇ ਵਿੱਚ ਆਪ ਜੀ ਧਿਆਨ ਮਗਨ ਹੋਏ, ਨਿਤਨੇਮ ਦੀ ਸੰਪੂਰਨਤਾ ਤੋਂ ਉਪਰੰਤ ਉਹ ਪ੍ਰੇਮੀ ਵੀ ਭਾਈ ਸਾਹਿਬ ਦੇ ਪਾਸ ਹੀ ਬੈਠਾ, ਉਸ ਨੂੰ ਕਹਿਣ ਲੱਗੇ, ਉਹ ਜਿਹੜਾ ਕੱਲ੍ਹ ਤੋਂ ਇੱਕ ਪੱਥਰ ਸਾਨੂੰ ਦਿੱਤਾ ਸੀ, ਸਾਨੂੰ ਲਿਆ ਕੇ ਹਾਜ਼ਰ ਕਰ। ਉਹਨੇ ਭਾਈ ਸਾਹਿਬ ਦੇ ਅੱਗੇ ਰੱਖਿਆ ਚਰਨਾਂ ਦੇ ਵਿੱਚ, ਭਾਈ ਸਾਹਿਬ ਨੇ ਚੁੱਕ ਕੇ ਹਰੋ ਨਦੀ ਦੇ ਵਿੱਚ ਚਲਾ ਕੇ ਮਾਰਿਆ। ਜਦੋਂ ਇਹ ਗੱਲ ਉਸ ਨੇ ਵੇਖੀ ਤਾਂ ਸਾਧ ਸੰਗਤ ਜੀ ਉਹ ਇੱਕਦਮ ਬੜੇ ਪਛਤਾਤਾਪ ਵਿੱਚ ਆ ਗਿਆ, ਉੱਚੀ ਉੱਚੀ ਰੋਣ ਲੱਗ ਪਿਆ, ਉਸ ਕੋਲੋਂ ਸਹਾਰਿਆ ਨਹੀਂ ਗਿਆ। ਭਾਈ ਘਨੱਈਆ ਸਾਹਿਬ ਪੁੱਛਣ ਲੱਗੇ, ਕੀ ਦੁੱਖ ਹੋਇਆ? ਕਹਿਣ ਲੱਗਾ, ਜੀ ਇੰਨੀ ਅਮੋਲਕ ਵਸਤੂ ਹਿੰਦੁਸਤਾਨ ਦੇ ਬਾਦਸ਼ਾਹ ਦੇ ਖਜ਼ਾਨੇ ਵਿੱਚ ਵੀ ਐਸੀ ਵਸਤੂ ਨਹੀਂ, ਅਤੇ ਜੇ ਤੁਸੀਂ ਇਸ ਨੂੰ ਪੱਥਰ ਦੀ ਤਰ੍ਹਾਂ ਜਾਣ ਕੇ ਦਰਿਆ ਵਿੱਚ ਨਦੀ ਵਿੱਚ ਹੀ ਸੁੱਟਣਾ ਸੀ ਤਾਂ ਮੈਨੂੰ ਦੇ ਦਿੰਦੇ ਵਾਪਸ, ਮੇਰੀ ਤਾਂ ਬੜੀ ਅਮੋਲਕ ਵਸਤੂ ਜ਼ਿੰਦਗੀ ਦੀ ਗੁਆਚ ਗਈ, ਬੜਾ ਪਛਤਾਪ ਹੈ, ਮੇਰੀ ਤਾਂ ਸ਼ਾਇਦ ਹੁਣ ਜ਼ਿੰਦਗੀ ਨਾ ਰਹੇ। ਭਾਈ ਸਾਹਿਬ ਮੁਸਕਰਾਏ, ਕਹਿਣ ਲੱਗੇ, ਇੰਨਾ ਪਛਤਾਪ ਕਰਨ ਦੀ ਲੋੜ ਨਹੀਂ। ਭਾਈ ਸਾਹਿਬ ਨੇ ਆਵਾਜ਼ ਮਾਰੀ, ਹੇ ਹਰੋ ਨਦੀ, ਇਹ ਪਾਰਸ ਇਹਨੂੰ ਇਹਦਾ ਵਾਪਸ ਦੇ ਦੇ।
ਉਦੋਂ ਉਹ ਨਦੀ ਦੋ ਹਿੱਸਿਆਂ ਵਿੱਚ ਵਗਣ ਲੱਗ ਪਈ। ਵਿਚਾਲੇ ਕੀ ਦੇਖਦੇ ਆ, ਢੇਰ ਲੱਗਾ ਹੋਇਆ ਪਾਰਸ ਦੇ ਪੱਥਰਾਂ ਦਾ, ਉਸ ਵੱਟੀ ਦਾ। ਭਾਈ ਸਾਹਿਬ ਆਖਣ ਲੱਗੇ, ਜਿਹੜਾ ਤੇਰਾ ਭਾਈ ਤੂੰ ਚੁੱਕ ਕੇ ਲੈ ਜਾ, ਜੇ ਤੈਨੂੰ ਹੋਰ ਚਾਹੀਦਾ ਹੋਰ ਵੀ ਲੈ ਜਾ। ਜਦੋਂ ਉਸਨੇ ਵੇਖਿਆ ਤਾਂ ਉਸੇ ਵਕਤ ਉਸਦੇ ਹੱਥ ਜੁੜ ਗਏ। ਕਹਿਣ ਲੱਗਾ, ਭਾਈ ਸਾਹਿਬ ਮੈਨੂੰ ਪਤਾ ਨਹੀਂ ਸੀ ਕਿ ਗੁਰੂ ਕੇ ਸਿੱਖਾਂ ਵਿੱਚ ਇੰਨੀ ਕਰਨੀ, ਇੰਨੀ ਬਰਕਤ ਹੈ, ਇੰਨੀ ਸ਼ਕਤੀ ਹੈ। ਮੈਂ ਭੁੱਲ ਗਿਆ, ਤੁਹਾਡੇ ਕੋਲ ਤਾਂ ਲੱਖਾਂ ਹੀ ਪਾਰਸ ਤੁਰੇ ਫਿਰਦੇ ਆ, ਮੈਨੂੰ ਖਿਮਾ ਕਰੋ। ਮਹਾਰਾਜ, ਮੇਰੀ ਜੋ ਸੰਸਾਰ ਵਿੱਚ ਮਾਇਆ ਵਿੱਚ ਮਮਤਾ, ਇਸ ਨੂੰ ਦੂਰ ਕਰ ਦਿਓ, ਮਾਇਆ ਦੇ ਮੋਹ ਤੋਂ ਚਿਹਰਾ ਕਰ ਦਿਓ। ਭਾਈ ਸਾਹਿਬ ਕਹਿਣ ਲੱਗੇ, ਫਿਰ ਗੁਰਸਿੱਖੀ ਧਾਰਨ ਕਰ, ਸੇਵਾ ਕਰ, ਨਾਮ ਜਪ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰ ਤੈਸੀ ਬਿਖਾਟੀ। ਉਹ ਗੁਰਸਿੱਖ ਬਣਿਆ, ਗੁਰੂ ਘਰ ਦਾ ਸੇਵਕ ਬਣਿਆ। ਸਭ ਤੋਂ ਪਹਿਲਾਂ ਭਾਈ ਸਾਹਿਬ ਨੇ ਉਸ ਧਰਮਸਾਲ ਦੀ ਸੇਵਾ ਨੂਰੀ ਖਾਨ ਨੂੰ, ਉਸ ਪਠਾਨ ਨੂੰ, ਉਸ ਅਸਥਾਨ ਦਾ ਸਾਰਾ ਪ੍ਰਬੰਧ, ਸਾਰੀ ਸੇਵਾ ਅੱਜ ਦੇ ਦਿਨ ਸੱਚਖੰਡ ਪਿਆਨੇ 'ਤੇ ਜਾਣ ਤੋਂ ਪਹਿਲਾਂ ਉਸ ਨੂੰ ਇਹ ਸੇਵਾ ਬਖਸ਼ਿਸ਼ ਕੀਤੀ। ਸਤਸੰਗ ਜੀ, ਕੈਸਾ ਬਾ ਕਮਾਲ ਜੀਵਨ ਭਾਈ ਸਾਹਿਬ ਦਾ, ਐਡੀ ਵੱਡੀ ਮਹਾਨ ਕਰਨੀ। ਵਿਦਵਾਨਾਂ ਨੇ ਲਿਖਿਆ, ਧੰਨ ਪਈ ਤਿਨ ਕੀ ਜਨਨੀ, ਕਿਰਤਾਰਥ ਤਾਂ ਜਗ ਬੇਦਨ ਗਾਈ, ਕੁੱਲ ਪਾਵਨ ਜਾਹੇ ਕਰੀ ਸਗਰੀ, ਜਗ ਧੰਨ ਪਏ ਤਿਨ ਮੀਤ ਸਿਖਾਈ। ਪਦ ਕੰਜਨ ਜਾਸ ਧਰਾ ਧਰਤੀ, ਰਜ ਪਾਵਨ ਤੇ ਜਗ ਪਾਪ ਮਟਾਈ, ਜੋ ਭਾ ਮੰਡਲ ਮਾਹੇ ਭਜੇ, ਖਿਨ ਏਕ ਅਕਾਗਰ ਰਾਮ ਸਹਾਈ। ਉਹਨਾਂ ਦੀ ਮਾਤਾ ਸੁੰਦਰੀ, ਉਹਨਾਂ ਦੇ ਪਿਤਾ ਭਾਈ ਨੱਥੂ ਰਾਮ ਜੀ, ਉਹ ਧੰਨਤਾ ਦੇ ਯੋਗ ਹੋ ਗਏ ਜਿਨ੍ਹਾਂ ਦੇ ਘਰ ਵਿੱਚ ਐਸੇ ਮਹਾਂਪੁਰਖ ਦਾ ਜਨਮ ਹੋਇਆ। ਸ਼ਾਦਰੇ ਦੀ ਧਰਤੀ ਦੇ ਉੱਤੇ ਉਹਨਾਂ ਦਾ ਜਨਮ ਹੋਇਆ। ਔਰ ਸਾਧ ਸੰਗਤ ਜੀ, ਉਹਨਾਂ ਦੇ ਇਤਿਹਾਸ ਵਿੱਚ ਬੜਾ ਸੁੰਦਰ ਜ਼ਿਕਰ ਆਉਂਦਾ, ਮੈਂ ਲੰਮਾ ਸਮਾਂ ਨਹੀਂ ਲੈਣਾ। ਇੱਕ ਵਾਰੀ ਉਹਨਾਂ ਨੂੰ ਬੜੇ ਤਪੱਸਵੀ ਭਗਤ ਨਨੂਆ ਜੀ ਦੀ ਸੰਗਤ ਹੋਈ। ਜਦੋਂ ਉਹਨਾਂ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ, ਬੜੇ ਸ਼ਾਹੀ ਘਰਾਣੇ ਦੇ ਵਿੱਚ ਭਾਈ ਘਨੱਈਆ ਸਾਹਿਬ ਜੀ ਦਾ ਜਨਮ ਹੋਇਆ, ਜਿਸ ਘਰ ਵਿੱਚ ਲੱਖਾਂ ਦਾ ਵਪਾਰ ਚੱਲਦਾ ਸੀ। ਤਾਂ ਸਾਧ ਸੰਗਤ ਜੀ, ਮਾਤਾ ਪਿਤਾ ਦੇ ਅਕਾਲ ਚਲਾਣੇ ਤੋਂ ਪਹਿਲਾਂ ਵੀ ਉਹਨਾਂ ਦੀ ਅਵਸਥਾ ਐਸੀ ਵੈਰਾਗ ਵਿੱਚ ਅਵਸਥਾ ਰਹਿਣ ਵਾਲੀ ਸੀ, ਪਰ ਉਸ ਤੋਂ ਬਾਅਦ ਜਿੰਨਾ ਘਰ ਦਾ ਸਾਡੇ ਸਮਾਨ ਸੀ ਸਾਰਾ ਗਰੀਬਾਂ ਵਿੱਚ ਵੰਡ ਦਿੱਤਾ। ਜੋ ਧਨ ਪਦਾਰਥ ਘਰ ਵਿੱਚ ਸੀ ਸਾਰਾ ਲੋੜਵੰਦਾਂ ਨੂੰ ਵੰਡ ਕੇ ਆਪ ਇਕਾਂਤ ਦੇਸ਼ ਵਿੱਚ ਚਲੇ ਗਏ। ਭਗਤ ਨਨੂਆ ਜੀ ਨੂੰ ਬੇਨਤੀ ਕੀਤੀ, ਕਹਿੰਦੇ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਦੱਸੋ। ਤਾਂ ਭਗਤ ਨਨੂਆ ਜੀ ਕਹਿਣ ਲੱਗੇ, ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤਾਂ ਧਰੂ ਵਰਗਾ ਜੀਵਨ ਬਣਾਉਣਾ ਪਵੇਗਾ, ਧਰੂ ਵਰਗਾ। ਭਾਈ ਸਾਹਿਬ ਦੀ ਸੰਗਤ ਵਿੱਚ ਚਲੇ ਗਏ। ਕੁਦਰਤ ਦੀ ਨੇਤ, ਉਹ ਭਗਤ ਥੋੜ੍ਹੇ ਦਿਨਾਂ ਬਾਅਦ ਹੀ ਸੱਚਖੰਡ ਪਿਆਨਾ ਕਰ ਗਏ। ਭਾਈ ਸਾਹਿਬ ਨੂੰ ਇੰਨਾ ਵੈਰਾਗ ਹੋਇਆ, ਇਤਿਹਾਸ ਵਿੱਚ ਸੰਤ ਰਤਨ ਮਾਲਾ ਵਿੱਚ ਇਹ ਸਾਰੇ ਜ਼ਿਕਰ ਆਉਂਦੇ ਹੈ ਕਿ ਭਾਈ ਸਾਹਿਬ ਇਕਾਂਤ ਵਿੱਚ ਕਿਸੇ ਨਦੀ ਦੇ ਕਿਨਾਰੇ 31 ਦਿਨ ਲਗਾਤਾਰ ਬਿਨਾਂ ਕੁਝ ਖਾਧਿਆਂ ਪੀਤਿਆਂ ਇੱਕ ਚੌਂਕੜਾ ਪਰਮੇਸ਼ਰ ਦੀ ਬੰਦਗੀ ਵਿੱਚ ਲੱਗ ਗਏ।
31ਵੇਂ ਦਿਨ ਆਕਾਸ਼ਬਾਣੀ ਹੋਈ, ਜੇ ਪਰਮੇਸ਼ਰ ਨੂੰ ਮਿਲਣਾ ਤਾਂ ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾਓ। ਭਾਈ ਸਾਹਿਬ ਉੱਥੋਂ ਚੱਲੇ, ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਕੀਰਤਪੁਰ ਸਾਹਿਬ ਆਏ। ਧੰਨ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦਾ ਦਾਨ ਬਖਸ਼ਿਆ। ਸਤਿਗੁਰੂ ਜੀ ਤੋਂ ਬਾਅਦ ਫਿਰ 9ਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ। ਸਤਿਗੁਰੂ ਗੁਰਦੇਵ ਸ਼੍ਰੀ ਗੁਰੂ 9ਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ, ਉਦੋਂ ਜਿਹੜਾ ਸਤਲੁਜ ਦਰਿਆ ਸਾਧ ਸੰਗਤ ਜੀ, ਪੁਰਾਣਾ ਸਾਡਾ ਇੱਥੋਂ ਦਾ ਜੋ ਇਤਿਹਾਸ ਹੈ ਉਹ ਇਹ ਦੱਸਦਾ, ਤਖ਼ਤ ਕੇਸਗੜ੍ਹ ਸਾਹਿਬ ਦੀ ਪਹਾੜੀ ਦੇ ਨਾਲ ਦੀ ਵਗਦਾ ਸੀ। ਮਹਾਰਾਜ ਕਹਿੰਦੇ ਜਲ ਲਿਆਓ, ਘੜਾ ਜਲ ਦਾ ਭਰ ਕੇ ਲਿਆਏ। ਸਤਿਗੁਰੂ ਨੇ ਹੱਥ ਧੋਤੇ, ਜਲ ਡੋਲ ਦਿੱਤਾ। ਫਿਰ ਕਹਿੰਦੇ ਜਲ ਲਿਆਓ, ਦੂਜੇ ਦਿਨ ਉਹ ਜਲ ਲਿਆਂਦਾ, ਚਰਨਾਂ 'ਤੇ ਪਾਇਆ ਥੋੜ੍ਹਾ ਜਲ, ਅਤੇ ਜਲ ਡੋਲ ਦਿੱਤਾ। ਕਿੰਨੇ ਦਿਨ ਇਹ ਕੌਤਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਤਾਉਂਦੇ ਰਹੇ, ਪਰ ਭਾਈ ਘਨੱਈਆ ਸਾਹਿਬ ਡੋਲੇ ਨਹੀਂ। ਕੋਈ ਮਨ ਵਿੱਚ ਉਜਰ ਰੋਸ ਨਹੀਂ ਪੈਦਾ ਹੋਇਆ ਕਿ ਮੈਂ ਇੰਨੀ ਸੇਵਾ ਕਰਨੇ ਆ ਅਤੇ ਗੁਰੂ ਸਾਹਿਬ ਮੇਰਾ ਲਿਆਂਦਾ ਜਲ ਐਵੇਂ ਡੋਲ ਦਿੰਦੇ ਆ। ਜਦੋਂ ਐਨ ਮਨ ਸਥਿਰ ਹੋ ਗਿਆ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਘਨੱਈਆ ਸਾਹਿਬ ਜੀ ਦੇ ਉੱਤੇ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਗੁਰਸਿੱਖੀ ਦੀ ਉਹ ਪਰਮ ਪਦਵੀ ਜਿਹੜੀ ਬ੍ਰਹਮ ਗਿਆਨ ਦੀ ਦਾਤ, ਉਹ ਮਹਾਨ ਦਾਤ ਬਖਸ਼ੀ ਔਰ ਕਿਹਾ ਸੰਗਤਾਂ ਨੂੰ ਜਲ ਛਕਾਇਆ ਕਰੋ, ਲੰਗਰ ਵਿੱਚ ਸੇਵਾ ਕਰਿਆ ਕਰੋ। ਇਸੇ ਅਸਥਾਨ 'ਤੇ ਭਾਈ ਸਾਹਿਬ ਨੇ ਲੰਗਰਾਂ ਦੀ ਸੇਵਾ, ਪਿਆਸਿਆਂ ਨੂੰ ਜਲ ਛਕਾਉਣ ਦੀ ਸੇਵਾ, ਜੂਠੇ ਬਰਤਨ ਮਾਂਡਣ ਦੀ ਸੇਵਾ, ਉਹ ਮਹਾਨ ਘਾਲਣਾ ਘਾਲੀਆਂ। ਔਰ ਦਸਮ ਪਿਤਾ ਜੀ ਦੇ ਸਮੇਂ ਸਾਧ ਸੰਗਤ ਜੀ, ਉਹ ਸਾਰਾ ਇਤਿਹਾਸ ਤੁਸੀਂ ਸੁਣਿਆ ਕਿ ਜਦੋਂ ਭਾਈ ਸਾਹਿਬ ਤੁਰਕਾਂ ਨੂੰ ਵੀ ਪਾਣੀ ਪਿਆ ਰਹੇ ਸਨ, ਸ਼੍ਰੀ ਗੁਰੂ ਪ੍ਰਤਾਪ ਸੂਰਜ ਦੇ ਵਿੱਚ ਬੜਾ ਸੁੰਦਰ ਜ਼ਿਕਰ ਭਾਈ ਸੰਤੋਖ ਸਿੰਘ ਜੀ ਨੇ ਕੀਤਾ, ਜਹਾਂ ਕਹਾਂ ਪ੍ਰਭ ਰੂਪ ਤੁਮਾਰਾ, ਨਹਿ ਦੂਸਰ ਮੈਂ ਕਹੂੰ ਨਿਹਾਰਾ। ਇਹ ਮਹਾਰਾਜ ਸਾਰਿਆਂ ਵਿੱਚੋਂ ਤੁਹਾਡਾ ਹੀ ਰੂਪ ਦਿਸਦਾ। ਸੰਤ ਰਤਨਮਾਲ ਦੇ ਵਿੱਚ ਬੜੀ ਸੁੰਦਰ ਇਹ ਇੱਕ ਉਹਨਾਂ ਦੇ ਇਸ ਕਰਨੀ ਦੇ ਉੱਤੇ ਇੱਕ ਬੜੀ ਸੁੰਦਰ ਪੰਕਤੀ ਆਉਂਦੀ ਹੈ। ਉਹ ਕਹਿੰਦੇ ਜਿੰਨਾ ਵੀ ਇਹ ਸੰਸਾਰ ਦਾ ਪਸਾਰਾ ਮਹਾਰਾਜ, ਇਹ ਜਿੰਨੇ ਵੀ ਮੈਨੂੰ ਦੁਨੀਆਂ ਵਿੱਚ ਮਾਨਵ ਪ੍ਰਾਣੀ ਦਿਖਾਈ ਦਿੰਦੇ ਹੈ ਨਾ, ਇਹਨਾਂ ਸਾਰਿਆਂ ਵਿੱਚੋਂ ਮੈਨੂੰ ਤੁਹਾਡਾ ਰੂਪ ਦਿਖਾਈ ਦਿੰਦਾ। ਪਾਣੀ ਤੈਨੂੰ ਪਲਾਵਾਂ ਸਾਈਆਂ, ਤੈਨੂੰ ਪਾਣੀ, ਤੈਨੂੰ ਪਿਆ ਪਲਾਵਾਂ ਪਾਣੀ, ਸਿਰ ਮੇਰੇ ਦੇ ਸਾਈ, ਤੁਰਕ ਤੁਰਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦਿਸਾਈ। ਸਾਧ ਸੰਗਤ ਜੀ ਕਹਿਣ ਲੱਗੇ, ਮਹਾਰਾਜ ਨਾ ਤੁਰਕ ਨਾ ਕੋਈ ਹੋਰ, ਮੇਰੀ ਨਿਗਾਹ ਦੇ ਵਿੱਚ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆਈ। ਸਾਰਿਆਂ ਵਿੱਚ ਤੁਸੀਂ ਦਿਸਦੇ ਹੋ, ਮੈਂ ਤੁਹਾਨੂੰ ਹੀ ਪਾਣੀ ਜਲ ਛਕਾ ਰਿਹਾ। ਇਸ ਕਰਕੇ ਸਾਧ ਸੰਗਤ ਜੀ, ਐਸੀ ਮਹਾਨ ਕਰਨੀ ਵਾਲੀ ਪਵਿੱਤਰ ਆਤਮਾ ਅੱਜ ਦੇ ਦਿਨ 20 ਸਤੰਬਰ 1718 ਨੂੰ ਕਹਿਬੇ ਨਗਰ ਦੇ ਵਿੱਚ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਧਰਮਸ਼ਾਲਾ ਦੇ ਵਿੱਚ ਨਿਤਨੇਮ ਕਰ ਰਹੇ ਸਨ। ਗੁਰਦੁਆਰਾ ਸਾਹਿਬ ਨੂੰ ਪਹਿਲਾਂ ਧਰਮਸ਼ਾਲਾ ਕਿਹਾ ਜਾਂਦਾ ਸੀ। ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਿਤਨੇਮ ਕਰ ਰਹੇ ਸਨ। ਨਿਤਨੇਮ ਕਰਦਿਆਂ ਕਰਦਿਆਂ
ਉਹਨਾਂ ਨੇ ਕਦੇ ਵੀ ਕੰਧ ਨੂੰ ਢੋ ਲਾ ਕੇ ਨਹੀਂ ਨਿਤਨੇਮ ਕੀਤਾ ਸੀ, ਬਿਲਕੁਲ ਸਾਵਧਾਨ ਹੋ ਕੇ ਕਿਸੇ ਆਸਰੇ ਤੋਂ ਬਿਨਾਂ ਸਿਮਰਨ ਵਿੱਚ ਲੀਨ ਹੁੰਦੇ, ਪੰਜ ਬਾਣੀਆਂ ਦਾ ਪਾਠ ਕੀਤਾ, ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਜਿੰਨਾ ਚਿਰ ਇਸ਼ਾਰਾ ਨਾ ਹੁੰਦਾ ਉਨਾ ਚਿਰ ਕੀਰਤਨ ਦੀ ਸੰਪੂਰਨਤਾ ਨਹੀਂ ਹੋਇਆ ਕਰਦੀ। ਸੂਰਜ ਚੜ ਗਿਆ, ਇੱਕ ਪ੍ਰੇਮੀ ਨੇ ਜਾ ਕੇ ਚਰਨ ਫੜਿਆ, ਵੇਖਿਆ ਚਰਨ ਠੰਡੇ ਹੋਏ ਪਏ ਹੈ। ਉਸੇ ਵਕਤ ਪਤਾ ਲੱਗਾ ਕਿ ਭਾਈ ਸਾਹਿਬ ਤਾਂ ਆਪਣੀ ਜੋਤ ਗੁਰੂ ਚਰਨਾਂ ਦੇ ਵਿੱਚ ਲੀਨ ਕਰ ਚੁੱਕੇ ਹੈ। ਅੰਮ੍ਰਿਤ ਵੇਲੇ ਅੱਜ ਦੇ ਦਿਨ ਉਹਨਾਂ ਨੇ ਕਹਿਬਾ ਨਗਰ ਦੇ ਵਿੱਚ ਸਾਧ ਸੰਗਤ ਜੀ ਸੱਚਖੰਡ ਪਿਆਨਾ ਕੀਤਾ। ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਤੁਸੀਂ ਬੈਠੇ ਹੋ। ਸੇਵਾ ਪੰਥੀ ਸੰਪਰਦਾਇ ਦੇ ਚਮਕਦੇ ਰਤਨ ਸੰਤ ਭਾਈ ਸੇਵਾ ਰਾਮ ਜੀ, ਭਾਈ ਅੱਡਣ ਸ਼ਾਹ ਜੀ, ਜਿਨ੍ਹਾਂ ਨੇ ਮੇਰੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕੀਤੇ, ਮਹਾਨ ਸੇਵਾਵਾਂ ਕੀਤੀਆਂ। ਜਿੱਥੇ ਸੇਵਾ ਪੱਥੀ ਸੰਪਰਦਾਇ ਨੇ ਗੁਰੂ ਘਰ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਨਾ, ਰੈੱਡ ਕ੍ਰਾਸ ਦਾ ਹੁਣੇ ਪ੍ਰਿੰਸੀਪਲ ਜੀ ਜ਼ਿਕਰ ਕਰਕੇ ਗਏ ਸਨ, ਐਡੀ ਮਹਾਨ ਦੇਣ ਦੁਨੀਆ ਨੂੰ ਭਾਈ ਸਾਹਿਬ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਕਿਰਪਾ ਨਾਲ ਦੇ ਕੇ ਗਏ। ਉੱਥੇ ਸੇਵਾ ਪੰਥੀ ਮਹਾਂਪੁਰਖਾਂ ਨੇ ਸਿੱਖ ਸਾਹਿਤ ਵੀ ਬੜਾ ਹੱਥੀਂ ਲਿਖ ਲਿਖ ਕੇ, ਗੁਰਬਾਣੀ ਦੀਆਂ ਪੋਥੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ। ਸਾਧ ਸੰਗਤ ਜੀ ਇੱਕ ਛੋਟਾ ਜਿਹਾ ਜ਼ਿਕਰ ਕਰਦੇ ਹਾਂ, ਭਾਈ ਸਹਿਜ ਰਾਮ ਜੀ ਬੜੇ ਉੱਚ ਕੋਟੀ ਦੇ ਮਹਾਂਪੁਰਖ ਹੋਏ ਸੇਵਾ ਪੰਥੀਆਂ ਵਿੱਚੋਂ। ਕੋਈ ਬ੍ਰਾਹਮਣ ਯੋਗ ਸ੍ਰਿਸ਼ਟ ਦੀ ਕਥਾ ਕਰਦਾ ਸੀ, ਪਰ ਸਾਧ ਸੰਗਤ ਜੀ ਬ੍ਰਾਹਮਣ ਲੋਕ ਬ੍ਰਾਹਮਣਾਂ ਤੋਂ ਬਿਨਾਂ ਦੂਜਿਆਂ ਨੂੰ ਯੋਗ ਵਿਸ਼ਿਸ਼ਟ ਅਤੇ ਸੰਸਕ੍ਰਿਤ ਦੇ ਗ੍ਰੰਥਾਂ ਦੀ ਕਥਾ ਨਹੀਂ ਸੁਣ ਦਿਆ ਕਰਦੇ ਸਨ। ਸੇਵਕਾਂ ਨੇ ਕਿਹਾ ਜੀ ਯੋਗ ਵਿਸ਼ਿਸ਼ਟ ਦੀ ਕਥਾ ਬੜਾ ਗਿਆਨ ਦਾ ਉਪਦੇਸ਼ ਆ ਉਹਦੇ ਵਿੱਚ। ਕੰਧ ਦੇ ਉਹਲੇ ਬੈਠ ਕੇ ਬ੍ਰਾਹਮਣ ਕੋਲੋਂ ਕਥਾ ਸੁਣਨੀ, ਸਾਰੀ ਹੱਥੀਂ ਲਿਖਣੀ, ਭਾਵ ਦੂਸਰੇ ਧਾਰਮਿਕ ਗ੍ਰੰਥਾਂ ਦਾ ਜਿਹੜਾ ਮੁਤਾਲਿਆ ਜਾਂ ਦੂਸਰੇ ਧਰਮ ਦੇ ਗ੍ਰੰਥਾਂ ਦਾ ਜਿਹੜਾ ਸਾਧ ਸੰਗਤ ਜੀ ਅਧਿਐਨ ਲਿਖਤੀ ਰੂਪ ਦੇ ਵਿੱਚ, ਉਹ ਸਾਰੇ ਦਾ ਸਾਰਾ ਕੀਤਾ ਔਰ ਅੱਗੇ ਵਿਦਿਆਰਥੀਆਂ ਨੂੰ ਉਹ ਗੋਹਜ ਗ੍ਰੰਥਾਂ ਦਾ ਗਿਆਨ ਕਰਵਾਇਆ। ਐਡੀ ਵੱਡੀ ਸੇਵਾ, ਐਡੀ ਵੱਡੀ ਘਾਲਣਾ ਕਿ ਗੁਰਮਤਿ ਦਾ ਸਾਹਿਤ, ਦੂਸਰੇ ਧਾਰਮਿਕ ਗ੍ਰੰਥਾਂ ਦਾ ਸਾਹਿਤ ਗੁਰਮੁਖੀ ਬੋਲੀ ਵਿੱਚ ਲਿਖ ਲਿਖ ਕੇ ਅੱਗੇ ਪ੍ਰਚਾਰਿਆ ਪ੍ਰਸਾਰਿਆ। ਕਿਉਂ ਕਿ ਪੰਥ ਵਿੱਚ ਵੱਡੇ ਵੱਡੇ ਕੌਮ ਦੇ ਵਿਦਵਾਨ ਪੈਦਾ ਹੋਣ। ਭਾਈ ਗਾੜੂ ਜੀ ਦਾ ਲਿਖਿਆ ਪਾਰਸ ਭਾਗ ਅੱਜ ਪ੍ਰਚਾਰਕ ਬਣਨ ਦੀ ਗੱਲ ਕੀਤੀ ਜਾਂਦੀ ਹੈ, ਪਰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਿਹਾ ਕਰਦੇ, ਜਿਹਨੇ ਪ੍ਰਚਾਰਕ ਬਣਨਾ ਉਹਨੂੰ ਗੁਰਬਾਣੀ ਦਾ, ਦਸਮ ਬਾਣੀ ਦਾ, ਗੁਰ ਇਤਿਹਾਸ ਦਾ ਜਿੱਥੇ ਗਿਆਨ ਹੋਣਾ ਚਾਹੀਦਾ, ਉੱਥੇ ਦੂਸਰੇ ਧਰਮਾਂ ਦੇ ਗ੍ਰੰਥਾਂ ਦਾ ਵੀ ਗਿਆਨ। ਔਰ ਉਹ ਮਹਾਂਪੁਰਖ ਅਚੇਚੇ ਤੌਰ 'ਤੇ ਗੱਲ ਕਿਹਾ ਕਰਦੇ, ਜਿਹਨੇ ਪ੍ਰਚਾਰਕ ਬਣਨਾ ਉਹ ਪਾਰਸ ਭਾਗ ਜ਼ਰੂਰ ਪੜ੍ਹੇ। ਉਹ ਭਾਈ ਗਾੜੂ ਜੀ ਦਾ ਲਿਖਿਆ ਹੋਇਆ। ਸੋ ਸਾਧ ਸੰਗਤ ਜੀ, ਇਹ ਬਹੁਤ ਵੱਡਾ ਸਾਹਿਤ ਦੇ ਪੱਖ ਤੋਂ ਵੀ, ਸੇਵਾ ਦੇ ਪੱਖ ਤੋਂ ਵੀ। ਪ੍ਰਿੰਸੀਪਲ ਭਾਈ ਸਤਵੀਰ ਸਿੰਘ ਜੀ ਨੇ ਲਿਖਿਆ ਕਿ ਦੁਨੀਆ ਵਿੱਚ ਜੇ ਦਰਵੇਸ਼ ਹੋਏ ਤਾਂ ਸਭ ਤੋਂ ਵੱਡੇ ਦਰਵੇਸ਼ ਬਾਬਾ ਫਰੀਦ ਜੀ ਨੂੰ ਮੰਨਿਆ ਜਾਂਦਾ, ਪਰ ਕਹਿੰਦੇ ਸਿੱਖਾਂ ਵਿੱਚ ਵੀ ਬਹੁਤ ਵੱਡੇ ਵੱਡੇ ਦਰਵੇਸ਼ ਹੋਏ। ਉਹ ਕਿਹਨਾਂ ਵਿੱਚ ਹੋਏ? ਉਹ ਸੇਵਾ ਪੰਥੀ ਮਹਾਂਪੁਰਖਾਂ ਵਿੱਚ ਦਰਵੇਸ਼ ਹੋਏ ਗੁਰੂ ਘਰ ਦੇ। ਦਰਵੇਸੀ ਗਾਖੜੀ ਉਹਨਾਂ ਦੀ ਪੜ੍ਹੋ ਪੁਸਤਕ, ਉਹਦੇ ਵਿੱਚ 40 ਦੇ ਲਗਭਗ ਦਰਵੇਸ਼ ਫਕੀਰਾਂ ਦੀ ਉਹਨਾਂ ਨੇ ਜੀਵਨ ਕਥਾ ਲਿਖੀ ਆ। ਉਹਦੇ ਵਿੱਚ
ਗੁਰਸਿੱਖੀ ਪੰਥ ਵਿੱਚੋਂ ਸੇਵਾ ਪੰਥੀ ਮਹਾਂਪੁਰਖਾਂ ਦੇ ਦਰਵੇਸ਼ਾਂ ਦਾ ਜ਼ਿਕਰ ਕੀਤਾ ਗਿਆ। ਸੋ ਸਾਧ ਸੰਗਤ ਜੀ, ਮੈਂ ਸਮਾਂ ਜ਼ਿਆਦਾ ਨਾ ਲਵਾਂ, ਪੰਥ ਦੀਆਂ ਬਹੁਤ ਸਤਿਕਾਰਤ ਹਸਤੀਆਂ ਇੱਥੇ ਬੈਠੀਆਂ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਔਰ ਸਾਡੇ ਅਤਿ ਸਤਿਕਾਰਯੋਗ ਮਹੰਤ ਸੰਤ ਬਾਬਾ ਕਰਮਜੀਤ ਸਿੰਘ ਜੀ ਪ੍ਰਧਾਨ ਸੇਵਾ ਪੰਥੀ ਅੜਨਸ਼ਾਹੀ ਸਭਾ, ਇਹਨਾਂ ਦਾ ਇਤਨਾ ਵੱਡਾ ਯੋਗਦਾਨ ਹੈ ਇਸ ਸ਼ਤਾਬਦੀ ਦੇ ਵਿੱਚ, ਮੈਂ ਅੱਖਰਾਂ ਵਿੱਚ ਬਿਆਨ ਕਰਕੇ ਨਹੀਂ ਦੱਸ ਸਕਦਾ। 1 ਸਤੰਬਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਇਹਨਾਂ ਨੇ ਨਗਰ ਕੀਰਤਨ ਜਲੂਸ ਸੰਦੇਸ਼ ਯਾਤਰਾ ਆਰੰਭ ਕੀਤੀ। ਹਿੰਦੁਸਤਾਨ ਭਰ ਵਿੱਚ ਭਾਈ ਘਨੱਈਆ ਸਾਹਿਬ ਜੀ ਦੇ ਜੋ ਉਹਨਾਂ ਨੇ ਕਰਨੀਆਂ ਕੀਤੀਆਂ, ਗੁਰੂ ਘਰ ਦੇ ਸੰਦੇਸ਼ ਥਾਂ ਪੁਰ ਥਾਂ ਨਗਰ ਕੀਰਤਨ ਦੇ ਰੂਪ ਵਿੱਚ ਦਿੰਦੇ ਹੋਏ, ਕੱਲ੍ਹ ਇਹ ਨਗਰ ਕੀਰਤਨ ਇੱਥੇ ਪਹੁੰਚਿਆ, ਔਰ ਬਹੁਤ ਵੱਡੀ ਸੇਵਾ ਸੰਤ ਬਾਬਾ ਕਰਮਜੀਤ ਸਿੰਘ ਜੀ ਨੇ ਇਸ ਸ਼ਤਾਬਦੀ ਵਿੱਚ ਨਿਭਾਈ ਹੈ। ਮਹੰਤ ਬਾਬਾ ਕਾਨ ਸਿੰਘ ਜੀ ਸੇਵਾ ਪੰਥੀ ਗੋਨਿਆਣਾ ਮੰਡੀ, ਮਹੰਤ ਸੁਰਿੰਦਰ ਸਿੰਘ ਜੀ, ਬਾਬਾ ਦਿਲਬਾਗ ਸਿੰਘ ਜੀ, ਸੰਤ ਬਾਬਾ ਜੋਗਾ ਸਿੰਘ ਜੀ, ਸਾਰੇ ਮਹਾਂਪੁਰਖਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਜਿੰਨੀਆਂ ਵੀ ਸੰਪਰਦਾਵਾਂ ਪਹੁੰਚੀਆਂ ਸਾਰਿਆਂ ਦਾ ਹੀ, ਸਾਰੇ ਮੈਂਬਰ ਸਾਹਿਬਾਨ, ਸੰਤ ਬਾਬਾ ਤੀਰਥ ਸਿੰਘ ਸਾਹਿਬ ਜੀ ਬੈਠੇ ਹੈ, ਹੋਰ ਵੀ ਮਹਾਂਪੁਰਖ ਬੈਠੇ ਹੈ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸਾਧ ਸੰਗਤ ਜੀ, ਇੱਕੋ ਮੇਰੀ ਬੇਨਤੀ ਹੈ ਕਿ ਪੰਥ ਵਿੱਚ ਜੋ ਅੱਜ ਇੱਕ ਰੁਝਾਨ ਬੜਾ ਗਲਤ ਸਾਡੇ ਵਿੱਚ ਚਲਿਆ ਗਿਆ ਕਿ ਅਸੀਂ ਆਪਸੀ ਫੋਟੋ ਔਰ ਈਰਖਾ ਦਾ ਬੜੇ ਸ਼ਿਕਾਰ ਹੋ ਚੁੱਕੇ ਹਾਂ, ਸਾਡੇ ਵਿੱਚ ਬੜੀ ਦੁਬਿਧਾ ਪੈ ਗਈ, ਔਰ ਇਹ ਦੁਬਿਧਾ, ਇਹ ਈਰਖਾ ਦਵੈਸ਼ ਕੌਮ ਲਈ ਬੜੀ ਨੁਕਸਾਨਦੇਹ ਔਰ ਘਾਤਕ ਹੈ। ਸਤਿ ਸੰਗਤ ਜੀ, ਇਹ ਸੇਵਾ ਸਿਮਰਨ ਤੋਂ ਬਿਨਾਂ ਨਹੀਂ ਇਹ ਸਾਡੇ ਵਿੱਚੋਂ ਔਗਣ ਦੂਰ ਹੋ ਸਕਦੇ, ਉਹ ਪੱਖੋਂ ਅਸੀਂ ਬੜੇ ਪਛੜ ਗਏ। ਅਸੀਂ ਸਾਡੇ ਇਸ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਨੇ ਦੂਜੇ ਧਰਮਾਂ ਦੇ ਵਿੱਚ ਜਾ ਕੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਿਸ਼ਾਨ ਚਲਾਏ, ਸਿੱਖੀ ਦੇ ਨਿਸ਼ਾਨ ਚਲਾਏ, ਦੂਜੇ ਧਰਮਾਂ ਦੇ ਲੋਕਾਂ ਨੇ ਵੀ ਸਾਡੀ ਮਹਾਨਤਾ ਨੂੰ ਗ੍ਰਹਿਣ ਕਰਕੇ ਗੁਰਸਿੱਖੀ ਮਾਰਗ ਦੇ ਪੰਥੀ ਬਣੇ, ਪਰ ਅੱਜ ਸਾਡੇ ਆਪਸ ਵਿੱਚ ਹੀ ਬਹੁਤ ਵੱਡੇ ਬਖਰੇਵੇਂ ਪੈਦਾ ਹੋ ਗਏ। ਸੋ ਮੇਰੀ ਬੇਨਤੀ ਹੈ ਕਿ ਕੌਮ ਦੇ ਵਿੱਚੋਂ ਇਹ ਦੁਬਿਧਾ ਨੂੰ ਦੂਰ ਕਰਨ ਲਈ ਸੇਵਾ ਸਿਮਰਨ, ਗੁਰਮਤਿ ਦੀ ਵਿੱਦਿਆ ਦਾ ਪ੍ਰਚਾਰ ਪ੍ਰਸਾਰ, ਭਰਾਤਰੀ ਭਾਵ ਸਾਡੇ ਵਿੱਚ ਪੈਦਾ ਹੋਵੇ ਜਿਵੇਂ ਸੇਵਾ ਪੰਥੀ ਮਹਾਂਪੁਰਖਾਂ ਨੇ ਪੈਦਾ ਕੀਤਾ, ਔਰ ਸਾਰਾ ਪੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਇਕਜੁੱਟ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਕਾਰਜ ਕਰੇ, ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ ਜੋ ਬਹੁਤ ਵੱਡੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਹੈ, ਮੈਂ ਉਹਨਾਂ ਦਾ ਵੀ ਉਚੇਚੇ ਤੌਰ 'ਤੇ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਸਨਮਾਨ ਕਰਨਗੇ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੁਖੀ।